ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਆਰਬੀਆਈ ਨੇ 2017-18 ਦੇ ਲਈ ਦੇਸ਼ ਦੇ ਵਿਕਾਸ ਅਨੁਮਾਨ ਨੂੰ ਘਟਾ ਦਿੱਤਾ। ਜੀਵੀਏ ਨੂੰ 7.3% ਤੋਂ ਘਟਾ ਕੇ 6.7% ਕਰ ਦਿੱਤਾ ਗਿਆ ਹੈ। ਹਾਲਾਂਕਿ ਰਚਨਾਤਮਕ ਸੁਧਾਰਾਂ ਦੀ ਮੰਗ ਨੇ ਸਰਕਾਰ ਉੱਤੇ ਅਰਥ ਵਿਵਸਥਾ ਨੂੰ ਪੁਨਰ ਜੀਵਿਤ ਕਰਨ ਦੀ ਜ਼ਿੰਮੇਵਾਰੀ ਪਾ ਦਿੱਤੀ ਹੈ। ਪੀਐਮ ਨਰਿੰਦਰ ਮੋਦੀ ਨੇ ਆਲੋਚਕਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਯੂਪੀ ਦੀ ਪਿਛਲੀ ਸਰਕਾਰ ਦੇ ਤਹਿਤ ਇਹ ਦਰ 8 ਵਾਰ ਇਸ ਦਰ ਤੱਕ ਗਿਰੀ ਸੀ। ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਬਲਾਤਕਾਰ, ਹੱਤਿਆ, ਡਕੈਤੀ ਅਤੇ ਵਿੱਤੀ ਧੋਖਾਧੜੀ ਵਰਗੇ ਗੰਭੀਰ ਅਪਰਾਧਾਂ ਵਿੱਚ ਅਪਰਾਧਿਕ ਕਾਰਵਾਈ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅਗਰ ਦੋਨੋਂ ਦਲ ਆਪਣੇ ਵਿੱਚ ਦੇ ਵਿਵਾਦ ਨੂੰ ਸੁਲਝਾ ਵੀ ਲੈਣ ਤਾਂ ਵੀ ਇਹੋ ਜਿਹੇ ਅਪਰਾਧ ਨਿੱਜੀ ਨਹੀਂ ਮੰਨੇ ਜਾ ਸਕਦੇ। ਇਸ ਵਿੱਚ ਕਿਹਾ ਗਿਆ ਹੈ ਕਿ ਧੋਖਾਧੜੀ ਦੇ ਮਾਮਲਿਆਂ ਨੇ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਵਿੱਚ ਦਰਾਰ ਪਾ ਦਿੱਤੀ ਹੈ। ਪੈਟਰੋਲ ਅਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਕੱਟ ਕਰਨ ਦੇ ਬਾਅਦ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਪਭੋਗਤਾਵਾਂ ਨੂੰ ਹੋਰ ਰਾਹਤ ਦੇਣ ਦੇ ਲਈ ਰਾਜ ਸਰਕਾਰਾਂ ਸੇਲ ਟੈਕਸ ਜਾਂ ਵੈਟ ਵਿੱਚ 5% ਤੱਕ ਦੀ ਕਟੌਤੀ ਕਰੇ। ਰਾਜ ਸਰਕਾਰਾਂ ਵੈਟ ਨੂੰ ਵਿਗਿਆਪਨ ਸ਼ੁਲਕ ਦੇ ਤੌਰ ਉੱਤੇ ਲਗਾਉਂਦੀ ਹੈ ਜੋ ਹਰ ਵਾਰ ਵਧਾਇਆ ਜਾਂਦਾ ਹੈ, ਜਿਸ ਤੋਂ ਇਹਨਾਂ ਦੀ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਕਾਂਗਰਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਾਰਟੀ ਦੇ ਅਧਿਅਕਸ਼ ਦੇ ਪਦ ਲਈ ਉਪਾਧਿਅਕਸ਼ ਰਾਹੁਲ ਗਾਂਧੀ ਨਿਰਵਿਵਾਦ ਚੋਇਸ ਹੈ। ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਲੋਕਤੰਤਰਿਕ ਦਲ ਹੋਣ ਦੇ ਨਾਤੇ ਕਿਸੇ ਵੀ ਨੇਤਾ ਨੂੰ ਸੰਗਠਨ ਦੇ ਚੁਣਾਵ ਵਿੱਚ ਉਹਨਾਂ ਦੇ ਖਿਲਾਫ ਲੜਨ ਦੀ ਇਜਾਜ਼ਤ ਦੇਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਫਿਜ਼ਿਕਸ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਅਤੇ ਬਾਅਦ ਵਿੱਚ ਪੇਸ਼ੇਵਰ ਬੈਂਕਰ ਬਣੇ ਰਜਨੀਸ਼ ਕੁਮਾਰ ਹੁਣ ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਚੇਅਰਮੈਨ ਹੋਣਗੇ। ਫਿਲਹਾਲ ਉਹ ਨੈਸ਼ਨਲ ਬੈਂਕਿੰਗ ਗਰੁੱਪ ਦੇ ਮੈਨੇਜਿੰਗ ਡਾਇਰੈਕਟਰਸ ਵਿੱਚੋਂ ਇੱਕ ਹਨ ਅਤੇ ਹੁਣ ਉਹ ਅਰੁੰਧਤੀ ਭੱਟਾਚਾਰਿਆ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਵਿਸਤਾਰਿਤ ਕਾਰਜਕਾਲ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਜੁੜੇ ਇੱਕ ਹਸਪਤਾਲ ਵਿੱਚ ਸਰਜਰੀ ਦੇ ਲਈ ਆਏ ਮਰੀਜ਼ਾਂ ਨੂੰ ਬੇਹੋਸ਼ ਕਰਨ ਲਈ ਇਲਾਜ ਦੇ ਲਈ ਇੰਡਸਟਰੀਅਲ ਗ੍ਰੇਡ ਗੈਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੀ ਇਜਾਜ਼ਤ ਚਿਕਿਤਸਾ ਦੇ ਲਈ ਨਹੀਂ ਦਿੱਤੀ ਜਾਂਦੀ। 6 ਤੋਂ 8 ਜੂਨ ਦੇ ਵਿੱਚ ਸਰਜਰੀ ਵਾਰਡ ਵਿੱਚ ਘੱਟ ਤੋਂ ਘੱਟ 14 ਸਰਜਰੀ ਦੇ ਰੋਗੀਆਂ ਦੀ ਮੌਤ ਹੋਣ ਉੱਤੇ ਕੀਤੀ ਗਈ ਜਾਂਚ ਵਿੱਚ ਇਸਦਾ ਪਤਾ ਚੱਲਿਆ ਹੈ। ਯੂਪੀ ਦੇ ਮੁੱਖ ਮੰਤਰੀ ਸੀਐਮ ਯੋਗੀ ਆਦਿੱਤਿਆਨਾਥ ਨੇ ਕੇਰਲਾ ਵਿੱਚ ਬੀਜੇਪੀ ਆਰਐਸਐਸ ਦੇ ਕਾਰਜਕਰਤਾਵਾਂ ਦੀ ਰਾਜਨੀਤਿਕ ਹੱਤਿਆਵਾਂ ਦੇ ਲਈ ਕੇਰਲਾ ਸਰਕਾਰ ਦੀ ਨਿੰਦਾ ਕੀਤੀ ਅਤੇ ਨਾ ਹੀ ਉਹਨਾਂ ਨੇ ਲਵ ਜਿਹਾਦ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਕਿਹਾ ਕਿ ਬੀਜੇਪੀ ਆਰਐਸਐਸ ਕਾਰਜਕਰਤਾਵਾਂ ਦੀ ਹੱਤਿਆਵਾਂ ਦੀ ਗਿਣਤੀ ਤੋਂ ਇਹ ਸਾਬਿਤ ਹੁੰਦਾ ਹੈ ਕਿ ਰਾਜ ਵਿੱਚ ਹੱਤਿਆਰਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੇ ਉਹਨਾਂ ਦੇ ਖਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਸੰਬੰਧਿਤ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਹੈ। ਸੀਬੀਆਈ ਦੁਆਰਾ ਲਗਾਏ ਗਏ ਆਰੋਪ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿੱਚ ਵਿਦੇਸ਼ ਯਾਤਰਾ ਦੇ ਦੌਰਾਨ ਕਾਰਤੀ ਨੇ ਇਹ ਗੜਬੜ ਕੀਤੀ ਹੈ। ਭਗੋੜਾ ਮਾਫੀਆ ਡੌਨ ਦਾਊਦ ਇਬਰਾਹਿਮ ਕਾਸਕਰ ਅਤੇ ਉਸਦੇ ਭਾਈ ਅਨੀਸ ਨੂੰ ਜਬਰਨ ਵਸੂਲੀ ਮਾਮਲੇ ਵਿੱਚ ਵਾਂਟਿਡ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਮਾਮਲਾ ਇਹਨਾਂ ਦੇ ਛੋਟੇ ਭਾਈ ਇਕਬਾਲ ਕਾਸਕਰ ਦੇ ਖਿਲਾਫ਼ ਦਰਜ ਕੀਤਾ ਗਿਆ ਸੀ, ਜਿਸ ਨੂੰ ਪਿਛਲੇ ਮਹੀਨੇ ਉਸਦੇ ਮੁੰਬਈ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇਹਨਾਂ ਦੀ ਭਾਗੀਦਾਰੀ ਸਾਹਮਣੇ ਆ ਚੁੱਕੀ ਹੈ। ਪਾਕਿਸਤਾਨ ਮੂਲ ਦੇ ਬਾਲੀਵੁੱਡ ਸਿੰਗਰ ਅਦਨਾਨ ਸਾਮੀ, ਜੋ ਅੱਧੇ ਕਸ਼ਮੀਰੀ ਹਨ, ਸ਼ਨੀਵਾਰ ਨੂੰ ਸ਼੍ਰੀਨਗਰ ਦੀ ਡਲ ਝੀਲ ਦੇ ਤੱਟ ਪਰ ਸੰਗੀਤ ਦਾ ਇੱਕ ਕਾਰਜਕ੍ਰਮ ਪੇਸ਼ ਕਰਨਗੇ। ਇਸ ਪ੍ਰਦਰਸ਼ਨ ਦਾ ਮਕਸਦ ਹੈ ਕਿ ਕਸ਼ਮੀਰ ਘਾਟੀ ਇੱਕ ਜੀਵਨ ਸੰਸਕ੍ਰਿਤਿਕ ਥਾਂ ਹੈ ਅਤੇ ਇਸ ਨੂੰ ਸਿਰਫ ਆਤੰਕਵਾਦੀ ਹਿੰਸਾ ਨਾਲ ਨਹੀਂ ਜੋੜਨਾ ਚਾਹੀਦਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।